का खालसा वाहेगुरु जी की फतेह। श्रोमणी गुरुद्वारा प्रबंधक कमेटी वालों पिछले दिनी बंदी सिंघां दी रिहाई ते भाई साहब भाई बलवान सिंह जी राजोवाणा उन्हां दे फांसी दी सजा नूं उम्र कैद विच बदलन लई एक संघर्ष जिहड़ा ओह रंभिया सीगा जिहदे विच दस्क दी मुहिम तहत लगभग 26 लाख लोकां ने अपनी स्वै इच्छा दे नाल ओह फार्मां नूं भरिया नहीं नाल अपने टेलीफोन नंबर भी लिखे। ओहदे बावजूद असीं पहलां गवर्नर पंजाब नूं भी मिले सी जाके उहनां नूं असीं पैन ड्राइव दे विच कित्थों कित्थों किन्नी किन्नी गिणती ओह सारी उहनां दे सपुरद करके आए सी फार्म भी लैके गए सी ते ओह फार्म उहने कहा वी सानूं पैन ड्राइव दे रूप दे विच दे दिओ साडे कोल चंडीगढ़ सारे सुरक्षित पए 26 लाख फार्म। पिछले दिनी एक बैठ के इत्थे फैसला कीता गया कि ये बंदी सिंघां दी रिहाई ते भाई बलवान सिंह जी राजोवाणे दा एक वक्रे तौर ते केस ओह वक्रे तौर ते केस इस करके आ कि उहनां नूं फांसी दी सज़ा होई आ जेल दीआं चक्कीआं विच बंद आ ਉਹ ਜਿਸਲੇ ਉਹਨਾਂ ਦੀ ਫਾਂਸੀ ਕਮਿਊਟ ਹੋਊਗੀ ਫਿਰ ਉਹਨਾਂ ਨੇ ਬੰਦੀ ਸਿੰਘ ਲਾਈਫ ਇੰਪ੍ਰਿਜਨਮੈਂਟ ਦੇ ਵਿੱਚ ਆਉਣਾ ਫਿਰ ਉਹ ਕੰਸੀਡਰ ਹੋਣਾ ਕੇਸ। ਅਤੇ ਮੈਂ ਪ੍ਰੈਸ ਨੂੰ ਵੀ ਕਹਿਣਾ ਚਾਹੁੰਦਾ ਕਈ ਵਾਰੀ ਸਾਡੇ ਵੱਲੋਂ ਵੀ ਇਹ ਸੁਨੇਹਾ ਚੱਲ ਜਾਂਦਾ ਵੀ ਸ਼ਾਇਦ ਅਸੀਂ ਇੱਕ ਧਿਰ ਦੀ ਪੈਰਵਹੀ ਕਰ ਰਹੇ ਹਾਂ। ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਸਾਡਾ ਸਤਿਕਾਰਯੋਗ ਵੀਰ ਆ ਜਿੱਥੇ ਕਿਤੇ ਕਿਸੇ ਦੀ ਲੋੜ ਹੋਈ ਕਿਉਂਕਿ ਆਪ ਵੀ ਪੈਰਵਹੀਆਂ ਪਰਿਵਾਰਾਂ ਨੇ ਬਹੁਤ ਕੀਤੀਆਂ ਪਰ ਅਸੀਂ ਜਿੱਥੇ ਜਿੱਥੇ ਲੋੜ ਹੋਈ ਭਾਈ ਗੁਰਦੀਪ ਸਿੰਘ ਜੀ ਖੈੜਾ ਪਿੱਛੇ ਆਏ ਯਤਨ ਕੀਤਾ ਕਿਉਂਕਿ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਕੌਮ ਯਤਨ ਕੀਤਾ ਵੀ ਅਸੀਂ ਉਹਨਾਂ ਦੇ ਪੈਰਵਹੀ ਜ਼ਰੂਰ ਜਿੰਨੇ ਕੁ ਜੋਗੇ ਹੈਗੇ ਕਰੀਏ ਅਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਬਲਿਊ ਸਟਾਰ ਤੋਂ ਬਾਅਦ ਚਾਹੇ ਉਹ ਜੋਧਪੁਰ ਦੇ ਕੈਦੀ ਸੀ ਚਾਹੇ ਸਾਡੇ ਬਹੁਤ ਸਾਰੇ ਖਾੜਕੂ ਵੀਰ ਜਿਹੜੇ ਕੁਛ ਸ਼ਹੀਦ ਹੋ ਗਏ ਕੋਈ ਜੇਲ੍ਹਾਂ 'ਚ ਚਲ ਗਏ ਅਤੇ ਉਹਨਾਂ ਤੋਂ ਇਲਾਵਾ ਜਿਹੜੇ ਸਾਡੇ ਧਾਰਮੀ ਫੌਜੀ ਸੀ ਉਹਨਾਂ ਸਾਰਿਆਂ ਦਾ ਅਤੇ ਜਿਹੜੇ ਕੋਈ ਜੇਲ੍ਹਾਂ 'ਚੋਂ ਛੁੱਟ ਕੇ ਵੀ ਲੰਬੇ ਅਰਸੇ ਤੋਂ ਬਾਅਦ ਆਏ ਯਤਨ ਕੀਤਾ ਕਿ ਉਹਨਾਂ ਦੇ ਪਿੱਛੇ ਕਮ ਸੇ ਕਮ ਹੌਸਲਾ ਬਜਾਈ ਦੇ ਤੌਰ 'ਤੇ ਤਿਲ ਫੁੱਲ ਭੇਟਾ ਜ਼ਰੂਰ ਭੇਟ ਕੀਤਾ ਜਾਵੇ। ਸੋ ਅੱਜ ਦੀ ਇਹ 20 ਤਰੀਕ ਨੂੰ ਕਿਉਂਕਿ ਅਸੀਂ ਫੈਸਲਾ ਕੀਤਾ ਕਿ ਇੱਕ ਵੱਡਾ ਰੋਸ ਮਾਰਚ ਦਿੱਲੀ ਵਿਖੇ ਕਰਾਂਗੇ ਜਿਹੜਾ ਗੁਰਦੁਆਰਾ ਰਕਾਬਗੰਜ ਤੋਂ 12 ਵਜੇ ਸ਼ੁਰੂ ਹੋਊਗਾ ਅਤੇ ਰਾਸ਼ਟਰਪਤੀ ਸਾਹਿਬ ਨੂੰ ਉਹ ਜਿਹੜੇ ਸਾਡੇ ਸਿਗਨੇਚਰ ਕੀਤੇ ਫਾਰਮ ਉਹਨਾਂ ਦੇ ਸਪੁਰਦ ਕਰਨ ਲਈ ਅਸੀਂ ਉੱਥੋਂ ਸਾਰੇ ਜਾਵਾਂਗੇ। ਅਤੇ ਉਹਦੇ ਲਈ ਫਿਰ ਇਹ ਵੀ ਹੋਇਆ ਸੀ ਕਿ ਵੱਖ ਵੱਖ ਸਾਰੇ ਸੈਕਟ ਜਿੰਨੇ ਵੀ ਆ ਉਹਨਾਂ ਨੂੰ ਸਮੂਹਿਕ ਤੌਰ 'ਤੇ ਇਹਨੂੰ ਇੱਕ ਕੌਮੀ ਦਰ ਦੇ ਰੂਪ ਦੇ ਵਿੱਚ ਕੌਮੀ ਮੁਹਿੰਮ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਅਗਵਾਈ ਕਰੇ। ਸੋ ਅੱਜ ਇੱਥੇ ਸਮੁੱਚੇ ਤੌਰ ਦੇ ਉੱਤੇ 4 ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਨ੍ਹਾਂ ਦੇ ਵਿੱਚ ਫੈਡਰੇਸ਼ਨ ਦੇ ਵਿੱਚੋਂ ਭਾਈ ਰਜਿੰਦਰ ਸਿੰਘ ਜੀ ਮਹਿਤਾ ਧੜਾ ਔਰ ਨਾਲ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਧੜਾ ਭਾਈ ਗੁਰਚਰਨ ਸਿੰਘ ਗਰੇਵਾਲ ਧੜਾ ਅਤੇ ਭਾਈ ਮਨਜੀਤ ਸਿੰਘ ਧੜਾ ਉਹਨਾਂ ਦਾ ਸਪੁੱਤਰ ਚੜ੍ਹਤ ਸਿੰਘ ਇਹ ਸਾਰਿਆਂ ਨੇ ਅਤੇ ਸਮੁੱਚੇ ਤੌਰ 'ਤੇ ਇਹਨਾਂ ਦੇ ਜ਼ਿਲ੍ਹਾ ਆਪਣੇ ਸਟੇਟ ਦੇ ਪ੍ਰਧਾਨ ਅਤੇ ਹੋਰ ਸਾਡਾ ਵੀਰ ਛੋਟਾ ਤੇਜਿੰਦਰ ਸਿੰਘ ਟਿੰਮਾ ਇਹ ਵੀ ਜਿਹੜਾ ਸੰਘਰਸ਼ੀ ਪੁਰਾਣਾ ਯੋਧਾ ਆ ਇਹ ਸਾਰੇ ਅੱਜ ਸ਼ਾਮਿਲ ਹੋਏ ਅਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਇੱਥੇ ਪ੍ਰਗਟ ਕੀਤੇ। ਲਗਭਗ 3 ਘੰਟੇ ਦੀ ਮੀਟਿੰਗ ਦੇ ਵਿੱਚ ਸਾਰਿਆਂ ਨੇ ਇਸ ਗੱਲ ਦੀ ਅਸ਼ੋਰੈਂਸ ਦਿੱਤੀ ਆ ਕਿ ਵੱਧ ਤੋਂ ਵੱਧ ਅਸੀਂ 20 ਤਰੀਕ ਨੂੰ ਉਸ ਰੋਸ ਮਾਰਚ ਦੇ ਵਿੱਚ ਸ਼ਾਮਿਲ ਹੋਵਾਂਗੇ ਜਿਹੜਾ ਦਿੱਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ। ਔਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਸਾਰੀਆਂ ਧਿਰਾਂ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜੋਵਾਣੇ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੋ ਕੱਲ੍ਹ ਆਦੇਸ਼ 5 ਸਿੰਘ ਸਾਹਿਬਾਨ ਨੇ ਭਾਈ ਰਾਜੋਵਾਣਾ ਸਾਹਿਬ ਨੂੰ ਕੀਤਾ ਕਿ ਆਪਣੀ ਸਿਹਤ ਨਾ ਖਰਾਬ ਕਰੋ ਤੁਹਾਡੀ ਸਿਹਤ ਕੌਮ ਦੀ ਇਹ ਸਰੀਰ ਜਿਹੜਾ ਤੁਹਾਡਾ ਕੌਮ ਦਾ ਸਰੀਰ ਆ ਅਤੇ ਉਹਨਾਂ ਨੇ ਉਹ ਜਿਹੜਾ ਵਰਤ ਆ ਉਹਨੂੰ ਭੁੱਖ ਹੜਤਾਲ ਨੂੰ ਵਾਪਸ ਲੈਣ ਦਾ ਉਹਨਾਂ ਨੇ ਆਦੇਸ਼ ਦਿੱਤਾ। ਅਤੇ ਅੱਜ ਸਮੁੱਚੇ ਸਾਰੇ ਫੈਡਰੇਸ਼ਨ ਨੇ ਵੀ
इसे गल की तर्जमानी की आ कि भाई राजोवाणा साहब न यह बेनती जी कल आदेश के रूप में हुई आई वो उत्ते पालना करो क्योंकि कौम साढ़े उत्ते बहुत बड़ा माण आ। ये दो गल भी एजेंडा तो प्लस भाई राजोवाणा साहब का जोड़ा है समुचे तौर के उत्ते बरत भुख हड़ताल में वापस लैन ये विचार खुल के हुई और सारे ने एक गल यह महसूस की आ कि आल इंडिया सिख स्टूडेंट फैडरेशन ये वो विरासत लैके बैठी जिहड़ी विरासत नूं भाई श्री अमर शहीद भाई अमरीक सिंह जी जिन्हां ने अपने लहू ते मिंज दे नाल श्री अकाल तख्त साहब की आजमत नूं आंच नहीं आउण दित्ती ते उत्थे शहीदी पाई। सो ये वो फैडरेशन आया सारिया। सो इन्हां ने अज एक ये भी सवाल उठाया कि आप एक सुरता में आईए संबंध में भी सारिया विचारधारा इतने हुई। मैं इस गल की खुशी भी आते माण भी आ कि अज जी मीटिंग हुई है बड़े सामे माहौल किसी ने ना उठ के जाने का यतन किया ना किसी ने कोई जल पानी छकन का यतन किया। जिन्ना चिर तीन घंटे मीटिंग चली आ तो मैं वो पुराना समा चेते आ पे घंटिया बद्धी बैठते सी ते कोई ना कोई फैसला तो हल करके निकलते। सो ये चेचे तौर पर अज इत्थे बैठ के सारा फैसला किया। पलेटी अज मीटिंग सी साडी फिर असी हुण इसे तर्ज ते महापुरशां दी भी समुचे तौर पर निहंगा सिंघां दीआं सरमौर जथेबंदियां दी भी फिर कार सेवा वाले बाबे और होर भी साडे जिन्ने भी सहयोगी आ सानू आ भाई गुरबख्श सिंह खालसा बैठा इन्हां दी ड्यूटी लाई सीगी फिर तुसीं किसान बैंक जिहड़े उन्होंने नाल भी गल करो। मैं आप भी उन्होंने नाल कुछ ना गल की आ उन्हें सानू कहा कि तू चिट्ठी लिख के भेज दो असं चिट्ठी लिख के भेज दी है उन्होंने तो वह भी जे चाहे कंसेंस बना के उन्होंने भी बैठ के मीटिंग करा उदों अलावा जेड़े भी कोई अकाली दल जेड़े विचर रहे उन्होंने भी जाके मैं जाति तौर पर भी सारयां नूं जाके निम्रता सहित बेनती करूंगा। ये लाहा खट्टण दा समां नहीं ये एक कौम प्रति जिन्हां ने अपने शरीर ला के अपना समां ला के सारा 30-30, 32-33 साल का जिन्हां ने अपनी जवानियां जिहड़ियां उह सारियां जेलां दे विच इस नोबल काज लई सिक्खी लई गुरमत लई जिहड़ियां उह सारियां कीतियां अर्पित उन्हां लई आ। मैं थोड़े मीडिया राही एक जरूर बेनती करनी चाहूँगा अजक डिबेटा भी चल रही टेलीविजन के उत्ते डिबेटा भी चल दियाँ। मैं बड़े दुख ना कहना कि एक सवाल उभर के आता जी भाई सरदार बयान सिंह के परिवार विचों सरदार रणजीत सिंह बिटू तो भी कंसेंट लैनी चाहिए है तो मैं कहना भी बिलकिस बानोवाली का जी मदई आता सुप्रीम कोर्ट मुड़ के रिव्यू पटीशन चल गई आ पे मेरे ना इंसाफ करो इन्हों छड़िया क्यों आ। इदा नहीं गल हुंदी क्योंकि इदा तो फिर कोई भी मदई जिहड़ा आ वो किसी नूं बाहर ही ना आउण दऊगा वो आके कह दिया करूगा जी मैनू तां खतरा आ फिर वो बंदे जेलां च बैठे रहणगे। अक्सर एक मुल्क का कानून आ CRPC का एक सिस्टम आ भी जे किसी नूं जेल मैनुअल आ सेल जे अपने जिहनूं किसी नूं कैद हो जाती वह प्रोसीजर आ। तो मैं ये भी मांग करदा देखो भाई राजोवाणा साहब वो सत्कार जो गया वो असं पुर जोर जतन सारे कर रहे हैं। कल श्री अकाल तख्त साहब वालों कमेटी भी बनाई गई आदे भी बैठ के यतनशील होवे पर कई बार डिबेटा चे भी आता भाई कई अंडर ट्रायल आ हूँ साढ़े मैं वकील हाँ जो 7 केस किसी के पे आदियाँ 6 चो जमानत हो गई वो 7वें चो जो जमानत होगी बाहर आ जाऊगा। तो जेडे सज़ा भुग चुके भाई हवारा भी पूरी सज़ा भुग चुके आ भाई तारा भी सज़ा पूरी भोग चुके आवं बिचों होर एक केस उन्होंने पै गया पर जोड़ा 20 साल तो ज़्यादा सज़ा भुगत चुका उन्होंने उन्होंने केसों से तो रिहा करना चाहिए ना जो होर केसा च लड़ी आ वो आप ही जो ट्रायल मुकन के सारे रिहा हो जाएंगे। सो ये अज समुचे तौर पर सारिया फडरेशन ने इस गुरमत के इस कौमी दर्द को समझते हुए पूरी एश्योरेंस दी आ कि श्रोमणी कमेटी वालों 20 तरीक नूं वड्डे पद्धर दे उत्ते असीं अपनी बखरी कहण तो भाव कई बार फौजां जिले चलदियां तो वख-वख बैंक चलते उन्हां दे
ਵੀ ਅਸੀਂ ਉਹ ਸਾਨੂੰ ਚੌਕ ਦੇ ਵਿੱਚ ਸ਼ਾਮਿਲ ਹੋਵਾਂਗੇ, ਦਿੱਲੀ ਦੀ ਸਰਕਾਰ ਨੂੰ ਜਾ ਕੇ ਇਹ ਵੀ ਦੱਸੀਏ ਵੀ ਕੌਮ ਜਿਹੜੀ ਆ ਇਹਨਾਂ ਸਮੁੱਚਿਆਂ ਦੀ ਜਿਹੜੀ ਆ ਰਿਹਾਈ ਮੰਗਦੀ ਆ, ਅਤੇ ਸਾਡਾ ਕੌਮੀ ਹੀਰੋ ਭਾਈ ਬਲਵੰਤ ਸਿੰਘ ਰਾਜੋਵਾਣਾ ਉਹਦੀ ਤੁਰੰਤ ਜਿਹੜੀ ਆ ਡੈਥ ਸੈਂਟੈਂਸ ਜਿਹੜੀ ਕਮਿਊਟ ਕਰਕੇ ਉਹਨੂੰ ਜੇਲ੍ਹ ਦੀਆਂ ਚੱਕੀਆਂ ਵਿੱਚੋਂ ਕੱਢਿਆ ਜਾਵੇ, ਤਾਂ ਕਿ ਫਿਰ ਜਿਹਲੇ ਲਾਈਫ ਇੰਪ੍ਰਿਜ਼ਨਮੈਂਟ ਵਾਲਾ ਆ ਜਾਊਗਾ ਉਹ ਫਿਰ ਵੱਖਰਾ ਹੈਗਾ, ਜੇ ਬਾਕੀਆਂ ਦੀ ਰਿਹਾਈ ਹੋਊਗੀ ਉਹਨਾਂ ਦੀ ਵੀ ਰਿਹਾਈ ਹੋ ਜਾਊਗੀ। ਸੋ ਉਹ ਭਾਈ ਬਲਵੰਤ ਸਿੰਘ ਜੀ ਰਾਜੋਵਾਨ ਦਾ ਜਿਹੜਾ ਕੇਸ ਆ ਉਹ ਇੱਕ ਵੱਖਰਾ ਕੇਸ ਆ, ਉਹਦੀ ਅਸੀਂ ਫਾਂਸੀ ਦੀ ਸਜ਼ਾ ਜਿਹੜੀ ਆ ਉਹਨੂੰ ਚਾਹੁੰਦੇ ਹਾਂ ਵੀ ਉਹ ਫਾਂਸੀ ਦੀ ਸਜ਼ਾ ਮਾਫ਼ ਕਰਕੇ, ਅਤੇ ਉਹ ਇਹ ਹੁਣ ਮਾਫ਼ ਕਰਨ ਦੀ ਵੀ ਕਿਉਂਕਿ 2019 ਦੇ ਵਿੱਚ ਫਿਰ ਉਹ ਡਿਬੇਟਾਂ ਵੀ ਚੱਲਦੀਆਂ ਵੀ ਜੀ ਉੱਥੇ ਮੇ ਸ਼ਬਦ ਲਿਖਿਆ ਆ ਬਿੱਲ ਲਿਖਿਆ ਆ, ਪਰ ਸੈਂਟਰ ਦੀ ਸਰਕਾਰ ਨੇ ਉਹ ਜਿਹੜੀ ਅੱਠਾਂ ਦੀ ਸੂਚੀ ਜਾਰੀ ਕੀਤੀ ਸੀ ਉਹਦੇ ਵਿੱਚ ਭਾਈ ਰਾਜੋਵਾਨਾ, ਉਹਦੇ ਵਿੱਚ ਭਾਈ ਗੁਰਦੀਪ ਸਿੰਘ ਖਹਿੜਾ, ਉਹਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਆ, ਅਤੇ ਇਹਨਾਂ ਦੀ ਜਿਹੜੀ ਰਿਹਾਈ ਵੀ ਕਰਨੀ ਬਣਦੀ ਆ, ਅਤੇ ਜਿਹੜੇ ਅੱਜ ਰਾਜ ਸੱਤਾ ਦੇ ਵਿੱਚ ਬੈਠੇ ਆ ਉਹ ਕਿੰਨੀ ਕੁ ਤੁਹਾਡੀ ਤਰਜਮਾਨੀ ਕਰਦੇ ਆ ਕਿ ਤਿੰਨ ਵਾਰ ਭੁੱਲਰ ਸਾਹਿਬ ਦਾ ਕੇਸ ਉੱਥੇ ਉਹਨਾਂ ਕੋਲ ਜਾ ਚੁੱਕਾ ਪੈਂਡਿੰਗ ਕਰ ਦਿੰਦੇ ਆ, ਹਾਲਾਂ ਇੱਕ ਸਟ੍ਰੋਕ ਦੇ ਨਾਲ ਉਹਨਾਂ ਦੀ ਰਿਹਾਈ ਹੋ ਸਕਦੀ ਆ। ਭਾਈ ਗੁਰਦੀਪ ਸਿੰਘ ਖਹਿੜਾ ਦਿੱਲੀ ਵਾਲੇ ਪਾਸੇ ਤੋਂ ਬਰੀ ਹੋ ਗਏ, ਉੱਧਰੋਂ ਬਰੀ ਦੂਜੇ 'ਚੋਂ ਜਿਹੜੀ ਕੈਦ ਹੋ ਬਰੀ ਕਹਿਣ ਦਾ ਭਾਵ ਸਜ਼ਾ ਪੂਰੀ ਕਰ ਲਈ, ਅਤੇ ਕਰਨਾਟਕਾ ਦਾ ਕੇਸ ਆ ਅਤੇ ਕਰਨਾਟਕਾ ਦੀ ਸਰਕਾਰ ਨੇ ਵੀ ਸੈਂਟਰ ਸਰਕਾਰ ਨੂੰ ਅਧਿਕਾਰ ਦੇ ਦਿੱਤੇ ਆ ਵੀ ਤੁਸੀਂ ਇਹਨਾਂ ਨੂੰ ਰਿਹਾਅ ਕਰ ਸਕਦੇ ਹੋ। ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਜਿਹੜੀ ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਬੰਦੀ ਸਿੰਘਾਂ ਦੀ ਅਤੇ ਭਾਈ ਰਾਜੋਵਾਨੀ ਦੀ ਆਰੰਭੀ ਹੈ, ਇਹਨੂੰ ਵਿਤਕਰਾ ਕਰਕੇ ਵੱਖਰਾ ਵੱਖਰਾ ਨਾ ਦੇਖਿਆ ਕਰੋ। ਉਹ ਵੀ ਸਾਡੇ ਹੀ ਆ ਵੀਰ ਹੈ, ਉਹ ਸਾਡੇ ਹੀ ਆ ਸਾਰੇ, ਭਾਈ ਲਖਵਿੰਦਰ ਸਿੰਘ ਆ, ਭਾਈ ਸ਼ਮਸ਼ੇਰ ਸਿੰਘ ਆ, ਭਾਈ ਗੁਰਮੀਤ ਸਿੰਘ ਆ, ਇਹ ਸਾਰੇ ਕੌਮੀ ਹੀਰੇ ਆ, ਅਤੇ ਸਾਡੇ ਵੀ ਉਨੇ ਹੀ ਆ। ਕਈ ਵਾਰੀ ਵੰਡੀ ਪਾ ਕੇ ਅਸੀਂ ਇਹਨੂੰ ਸ਼ਾਇਦ ਸਿਆਸੀ ਲਾਹਾ, ਇਹ ਐਵੇਂ ਦੀ ਗੱਲ ਨਹੀਂ, ਸਿਆਸੀ ਲਾਹਾ ਕੋਈ ਨਹੀਂ ਗਾ, ਇਹ ਸਿਰਫ ਉਹਨਾਂ ਕੌਮੀ ਹੀਰੋਆਂ ਦੀ ਜਿਨ੍ਹਾਂ ਨੇ ਆਪਣੀ ਘਾਲਣਾ ਜੇਲ੍ਹਾਂ ਦੇ ਵਿੱਚ ਹੀ 35-35, 33-33, 28-28 ਸਾਲ ਗਵਾ ਦਿੱਤੀ, ਗਵਾ ਨੇ ਦਿੱਤੀ, ਕੱਟ ਲਈ ਆ ਜੇਲ੍ਹ, ਉਹਨਾਂ ਦੀ ਰਿਹਾਈ ਲਈ ਆ। ਸੋ ਇੰਨਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਕੇ ਅਤੇ ਫੈਡਰੇਸ਼ਨ ਦਾ ਧੰਨਵਾਦ ਕਰਦਾ ਸਮੁੱਚੇ ਧੜਿਆਂ ਨੇ ਅੱਜ ਆ ਕੇ ਸਾਰੀ ਜਿਹੜੀ ਆ ਇਹ ਆਪਣੇ ਇੰਸ਼ੋਰੈਂਸ ਦਿੱਤੀ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ ਨੇ ਅੱਜ ਦੇ ਏਜੰਡੇ ਬਾਰੇ ਕਲੀਅਰ ਕਰਤਾ। ਦੂਸਰਾ ਜਿਹੜਾ ਏਜੰਡਾ ਤੁਹਾਡੇ ਵਾਸਤੇ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਅੱਜ ਬਹੁਤ ਦੇਰ ਤੋਂ ਬਾਅਦ ਫੈਡਰੇਸ਼ਨ ਦੇ ਜਿਹੜੇ ਧੜੇ ਆ, ਮਿਸ਼ਨ ਇੱਕੋ ਹੀ ਆ, ਕਾਜ਼ ਇੱਕੋ ਹੀ ਆ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਦੀ ਅਗਵਾਈ 'ਚ, ਉਸ ਸੰਘਰਸ਼ ਤੋਂ ਬਾਅਦ ਅੱਜ ਤੱਕ ਇਹ ਸਾਰੇ ਉਸ ਸੋਚ ਦੇ ਲਈ ਲੜਾਈ ਲੜ ਰਹੇ ਆ। ਅੱਜ ਇੱਕ ਬੜਾ ਚੰਗਾ ਮਾਹੌਲ ਬਣਿਆ, ਜਿਵੇਂ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਕਿ 3 ਘੰਟੇ ਮੀਟਿੰਗ ਚੱਲੀ ਆ, ਸਾਰਿਆਂ ਨੇ ਆਪਣੇ ਚੰਗੇ ਸੁਝਾਅ ਅਤੇ ਵਿਚਾਰ ਦਿੱਤੇ ਆ। ਸੋ ਸਮੁੱਚੇ ਜਿੰਨੇ ਵੀ ਇੱਥੇ ਫੈਡਰੇਸ਼ਨ ਵੱਲੋਂ ਆਏ ਨੇ ਨੁਮਾਇੰਦੇ, ਉਹਨਾਂ ਸਾਰਿਆਂ ਨੇ ਇਸ ਗੱਲ ਦੇ ਲਈ ਇੱਕ ਸਹਿਮਤੀ ਦਿੱਤੀ ਹੈ ਕਿ ਸਾਨੂੰ ਇਹ ਇਕੱਠੇ ਹੋਣਾ ਚਾਹੀਦਾ, ਸਾਨੂੰ ਇੱਕ ਹੋਣਾ ਚਾਹੀਦਾ, ਸਾਨੂੰ ਜੁੜਨਾ ਚਾਹੀਦਾ। ਸੋ ਜੁੜਨਾ ਜਿਹੜਾ ਇੱਕ ਚੰਗੀ ਗੱਲ ਹੈ। ਸੋ ਉਸ ਗੱਲ ਲਈ ਸਾਰੇ ਇਸ ਗੱਲ ਲਈ ਜਿਵੇਂ ਕਹਿੰਦੇ ਆਪਣੇ ਆਪ ਦੇ ਵੀ ਸਮਰਪਿਤ ਆ, ਅਤੇ ਅਸੀਂ ਸਾਰਿਆਂ ਨੇ ਪ੍ਰਧਾਨ ਜੀ ਨੂੰ ਇਸ ਜਿਹੜੀ ਜੁੜਨ ਦੀ ਮੁਹਿੰਮ ਹੈ ਉਹਦੇ ਵਿੱਚ ਅਸੀਂ ਸਾਰਿਆਂ ਨੇ ਸਾਲਸ ਮੰਨ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਏਕਾ ਕਰਨ ਦਾ, ਜੁੜਨ ਦਾ ਇੱਕ ਦੌਰ ਆਰੰਭ ਹੋਵੇ, ਪ੍ਰਧਾਨ ਜੀ ਨੂੰ ਸਾਲਸ ਤੌਰ 'ਤੇ ਮੰਨਿਆ, ਅਤੇ ਅਸੀਂ ਜਿੱਥੇ ਇਹਨਾਂ ਦੇ ਹੁਕਮ 'ਤੇ ਸਾਰਿਆਂ ਨੇ ਫੁੱਲ ਚੜ੍ਹਾਏ ਆ ਕਿ ਇਸ ਮਿਸ਼ਨ ਦੇ ਵਿੱਚ, ਬੰਦੀ ਸਿੰਘਾਂ ਦੀ ਰਿਹਾਈ ਦੇ ਮਿਸ਼ਨ 'ਚ 20 ਤਰੀਕ ਦੇ ਸੰਘਰਸ਼ ਦੇ ਵਿੱਚ ਵੱਡੇ ਪੱਧਰ 'ਤੇ ਅਸੀਂ ਸ਼ਾਮਿਲ ਹੋਵਾਂਗੇ, ਉੱਥੇ ਅਸੀਂ ਕੀ ਨਾ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਮੌਕਾ ਦਿੱਤਾ, ਇੱਕ ਪਲੇਟਫਾਰਮ ਦਿੱਤਾ ਸ਼੍ਰੋਮਣੀ ਕਮੇਟੀ ਦਾ, ਜਿਹਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਆਪ ਨੂੰ ਜਿੱਥੇ ਖੁਸ਼ੀ ਵੀ ਮਹਿਸੂਸ ਕਰ ਰਹੇ ਹਾਂ ਅਤੇ ਮਾਣ ਵੀ ਮਹਿਸੂਸ ਕਰ ਰਹੇ ਹਾਂ। ਇਹ ਜਿਹੜੀ ਖਬਰ ਆ ਇੱਕ ਚੰਗੀ ਖਬਰ ਆ ਜਿਹੜੀ ਆਉਣ ਵਾਲੇ ਸਮੇਂ ਇੱਕ ਪੰਥ ਨੂੰ ਸੁਣਨ ਨੂੰ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਅੱਜ ਦੀ ਇਸ ਕਤਲਾ ਦੇ ਸਭ ਤੋਂ ਜਿਹੜੇ ਪ੍ਰਧਾਨ ਸਾਹਿਬ ਨੇ ਮੀਡੀਆ ਦੇ ਸਾਰੇ ਇਸ਼ੂ ਦਿੱਤੇ ਆ, ਜਿਹੜਾ ਮੇਜਰ ਇਸ਼ੂ ਹੈ 20 ਤਰੀਕ ਦਾ ਦਿੱਲੀ ਜਾਣ ਦਾ, ਇਹਨਾਂ ਬੰਦੀ ਸਿੰਘ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਵਾਨਾ ਸਾਹਿਬ ਦੀ ਫਾਂਸੀ ਨੂੰ ਕਨਵੀਨ ਕਰਾਉਣ ਵਾਸਤੇ ਆਪਣਾ ਉਹਦੇ ਵਾਸਤੇ ਜਿਹੜੇ ਸਾਂਝੇ ਯਤਨ ਸਮੁੱਚੀ ਕੌਮ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਲੇਟਫਾਰਮ ਤੋਂ ਇਹਨਾਂ ਦੇ ਪ੍ਰਧਾਨ ਸਾਹਿਬ ਦੇ ਸੱਦੇ 'ਤੇ 20 ਤਰੀਕ ਨੂੰ ਕੀਤੇ ਜਾ ਰਿਹਾ, ਉਹਦੇ ਵੱਧ ਚੜ ਕੇ ਹਿੱਸਾ ਪਾਉਂਦਾ ਜਾਣਾ ਅੱਜ ਸਮੁੱਚੇ ਤੌਰ 'ਤੇ ਸਾਰਿਆਂ ਨੇ ਫੈਸਲਾ ਲਿਆ। ਬੜੇ ਜੋਸ਼ੋ ਖਰੋਸ਼ ਦੇ ਨਾਲ ਉਹ ਸ਼ਾਮਿਲ ਹੋਣਗੇ ਸਾਰੇ ਸਮੁੱਚੀਆਂ ਜਿਹੀਆਂ ਫੈਡਰੇਸ਼ਨ ਧੜੇ ਨੇ। ਔਰ ਜਿੱਥੋਂ ਤੱਕ ਏਕਤਾ ਦਾ ਸਾਹਿਬ ਜੀ ਗਰੇਵਾਲ ਸਾਹਿਬ ਨੇ ਕਿਹਾ ਕਿ ਸਾਂਝੇ ਤੌਰ 'ਤੇ ਇਹ ਵਿਚਾਰ ਬਣ ਗਈ ਹੈ ਕਿ ਫੈਡਰੇਸ਼ਨ ਦੀ ਏਕਤਾ ਬਹੁਤ ਜ਼ਰੂਰੀ ਹੈ, ਗੁਰੂ ਸਾਹਿਬ ਦਾ ਹੁਕਮ ਵੀ ਇਹ ਕਿ ਹੋਏ ਇਕੱਤਰ ਮਿਲ ਮੇਰੇ ਭਾਏ, ਦੁਬਧਾ ਦੂਰ ਕਰੋ ਲਿਵ ਲਾਏ,
हर नामे के हो जोड़ी गुरुमुख वैसो सभा वछाए। सो जिन्ना जिनी वड्डी मजबूत शक्ति एकता दे विच हुंदी है वह बखरेवे च नहीं हुंदी। इस करके इस भावना की तर्जमन करते हुए अज समुचे तौर पर कौम का दर्द नुकसान दे कौम के जो हालात जिस हालात जो कौम गुजर रही है वो अपना बनता योगदान पाने वास्ते एक सांझी शक्ति के तौर पर आने वाले समय से पैर रहे हैं। जो क्योंकि प्रसंतर फरोस जरा हरावल दसा पंथ तौर का पंथ का वो फैडरेशन अज तक समुचे पंथ वालों तस्लीम किया गया और अज सारे शिद्दत ना महसूस किया कि अज भी फैडरेशन जी फैडरेशन के हरावल दस्ते तौर पर पंथ के हरावल दस्ते तौर पर सेवा की थी और अज और आने वाले समय भी करेगी। सो प्रधान बड़ी खुशी की गल है कि सारे ने बड़े सर्वसम्मति एक आवाज होकर प्रधान साहब ने इस एकता वास्ते साथी ही मनिया संघ समुचे तौर अधिकार दे दते हैं कि प्रधान साहब गुरु का कृपा कर इन्हों सारिया भावना जो बल लगे आने वाले समय सारे सिर जोड़ के बैठन एक सांझी का मजबूत शक्ति का प्रगटावा होए ताकि जड़िया विरोधी शक्तियां ने उन्होंने एक गल का जो पार्ट उधार से अंदरूनी खिचो तानिया जी शह मिलती है उन्हों का मूँह तोड़ना जवाब देने वास्ते जी एकता है बहुत अच्छ जरूरी है। हालात में मदे रखते हैं और सब तो व्डा मैं धन्यवाद करता सारे धड़िया का सारे मेरे भी जिम्मेवार बैठे आ भाई मजीत सोनी गरेवाल साहब पीर महंत साहब सारे बैठे आ और अमरजीत सिंह ढोडरों बैठे आ सारे ने मेरी चढ़ती कला ने एकता का स्वाव सबूत दिता प्यार का सबूत दिता। प्रधान साहब ने सुनिमर बेनती की है कि तुम समुचे तौर पर अधिकारी हो इस सारे ग्रुपां की एकता एक एक जुट करने वास्ते एक सूत्र बनने वास्ते तो मैं सारा धन्यवाद करदा और प्रधान साहब ने बेनती करदा कि वह जरूर ये साझा यत्न भी प्रोग्राम तो बाद कर गुरु साहब कृपा करेंगे सारे चढ़ती कला प्रधान साहब प्यार का सदका और इन्होंने जिस तरह अच इन्होंने सारे ने प्रधान साहब सदन प्रवान करद अपने सारे बड़े लंबे समय तो बैठ के आराम ने तसली ने एक दूजे विचार सुने भावे गए ग्रुपां के तौर से वक् वक् सन पर जो विचार सुन की गल बड़ी एकाग्रता के बड़े प्यार के नाल एक दूजे माण सत्कार दिल से महा बहाल करके सारे ने एक दूजे बनता मानता दिता। इस तरह आने वाले समय श्री महापुरुषों के संत बाबा जरनैल सिंह खालसा पिंडर वाले क्योंकि उन्होंने प्यार इन्हों की झोली जहाँ उन्होंने भाई अमरीक सिंह उन्होंने हरमिंदर सिंह संधु उन्होंने विरासत फैडरेशन की जी बड़ी वड्डी इन्होंने कोल विरसा है। इस करके इन्हों के जहन च हमेशा ही पंथ का दर्द रहा इन्होंने बंदी सिंह का हमेशा जो पंथ वास्ते योगदान पाया पा रहे संघर्ष का हिस्सा बनया उन्होंने सारे का इन्होंने जहन बहुत वाला सत्कार है बनता हर समय बेच समा योगदान पाते रहे हम समय पाँगे गुरु साहब कृपा कर एक लड़ी च पुज जा एक सूत्र बच जाते फैडरेशन शक्ति जी होर मजबूत होगी। प्रधान साहब का ये किए गए सारे यत्न का और अपने दिते हुए प्यार का सारे वालों धन्यवाद करते हैं। वाहेगुरु जी का खालसा वाहेगुरु जी का फतेह। वाहेगुरु जी का खालसा वाहेगुरु जी की फतेह। जी मैं प्रधान साहब उन्होंने शलाघा करनी चाहना जिन्होंने बड़े चिर बाद ऑल इंडिया सिख स्टूडेंट फैडरेशन एक प्लेटफॉर्म से जोड़ वास्ते और साझा यत्न करने वास्ते उपराला किया जिन्हें ऑल इंडिया सिख स्टूडेंट फैडरेशन के साथी ने साढ़े मेहता साहब आ गरेवाल साहब आ चावला साहब आ पीर मोहम्मद साहब आ टंबा साडा छोटा वीर आ। सो सारे ने मैं समझदा है कि ये गल नूं तस्लीम किया है कि कली कली जिहड़ी शक्ति है उन्हों सारे कट्ठे करांगे जिस तरह आ पंज उंगलां ने ते पंजे वखो वखरे रहन ते मरोड़ियां जा सकदियां कट्ठी हो जाए ते एक ताकत बन जाती एक स्ट्रेंथ बन जाती है। सो मैं समझदा कि सारिया ने यह गल महसूस किया सारे ने कि पिछले लंबे टाइम तो यदि बिखरी हुई शक्ति और जिदे पिछे बहुत वड्डा इतिहास है संत बाबा जरनैल सिंह खालसा पिंडरांवालिया का और अमृत शहीद भाई अमरीक सिंह जी जिन्होंने श्री अकाल तख्त साहब की अजमत वास्ते सुबरा सोपे चांदी जो लड़े दीन के हेत पुरजा पुरजा कट मरे कबू न छे खेत उन्होंने महान शहादत दित्तियां। तो मैं समझता जिते श्रोमणी कमेटी का वड्डा इतिहास है श्रोमणी अकाली दल का बड़ा वड्डा इतिहास है उत्थे ऑल इंडिया सिख स्टूडेंट फैडरेशन का भी बहुत वड्डा शानामती इतिहास है और उस इतिहास में फिर पक्के करने वास्ते उस इतिहास से स्वर पहरा देने वास्ते आज सारे समुचे तौर पर जोड़े एकत्र होए है तो वह जरिया जरा साढ़े श्रोमणी गुरद्वारा प्रबंधक कमेटी के प्रधान सरदार हरजिंदर सिंह जी धामी बने हैं। मैं समझदा बनना भी सी क्योंकि यह भी ऑल इंडिया सिख स्टूडेंट फैडरेशन के उस स्कूल और भाई साहब भाई अमरीक सिंह जी के संत बाबा जरनैल सिंह जी के
इन्हों का बहुत वड्डा स्नेह से बड़े बड़े केस भी उस टाइम तो लैके अज तक लड़ते रहे। सो मैं बधाई देना प्रधान जी तू और सारिया फैडरेशन बधाई देना छोटे भी टिमे न खास करके भी बड़ा यत्नशील से पीर मुहम्मद साहब हैगे बड़े चाहवान से सो सारे सारे दिलों चाहते सी पर अज जी एकता दे इस अपने विच सारे शामिल होए मैं सारे का धन्यवाद करना तो प्रधान जी को भी बेनती करना कि तुम जो अधिकार दिते है तो तुम सारे ये अधिकार वरत के आल इंडिया सिख स्टूडेंट फैडरेशन 1984 तो पहला वाली जी शक्ति सी जा बाद वाली शक्ति सी उस शक्ति नू फिर एकत्र करन वास्ते और सरकारी जिहड़ियां चालां सी नू फैडरेशन नू दूर दूर करन वास्ते उन्हां सारियां चालां नू तुसीं बेनकाब किया और तुहाडा धन्नवाद सारे वीरां दा और खास करके सारे जिन्ने इत्थे बैठे सारे दा बहुत बहुत धन्नवाद। वाहिगुरू जी का खालसा। श्रोमणी गुरुद्वारा प्रबंधक कमेटी के प्रधान एडवोकेट रजिंदर सिंह जी धामी साहब की अगुवाई दे विच अज दी एकत्रता जिस बारे प्रधान साहब ने बड़ा ब्रीफ कर दिता कि भाई बलवंत सिंह जी राजोवाणा ते जिमने बंदी सिंह ने जिहड़े वख-वख जेलों में बंद ने उन्हां दी रिहाई लई जिहड़ा 20 दसंबर नूं प्रोग्राम लिखिया गया उस दे विच ऑल इंडिया सिख स्टूडेंट्स फैडरेशन वध चढ़ के हिस्सा लवेगी। दूसरा जो ऑल इंडिया सिख स्टूडेंट्स फैडरेशन के चार ग्रुप ने उन्हां दे विच भाई कंवर चढ़ सिंह जी एडवोकेट परमिंदर सिंह जी ढिंगरा साहब और सरदार गुरचरण सिंह जी गरेवाल साहब तो सरदार अमरबीर सिंह जी ढोड साहब जो कि भाई रजिंदर सिंह मेहता जी वालों नुमाइंदगी करते हैं। अज एक सरता दे नाल एडवोकेट हरजिंदर सिंह जी धामी जी नूं यह अधिकार दिते गए हैं कि वह आउंदे दिनां दे विच बिना किसी देरी दे क्योंकि खालसा पंथ का हरियावल दस्ता ऑल इंडिया सिख स्टूडेंट्स फैडरेशन है और उस दे विच बहुत सारे साढ़े चंगे जिहड़े फैडरेशन के आगू ने श्रोमणी अकाली दल दे विच सेवावां दे रहे हैं सरदार अमरजीत सिंह चावला जी और होर जिन्ने इत्थे साढ़े आगू वख-वख बैठे ने भाई मनजीत सिंह जी ने लंबा समा फैडरेशन की सेवा की है। सो ये जिहड़ी जथेबंदी है इसनों एकजुट करना हुण जिम्मेवारी एडवोकेट हरजिंदर सिंह धामी जी दी है चारे ग्रुपां नूं एकजुट करके इन्हां दे विचों सारे काबल ने एक नूं प्रधान बाकियां नूं सारियां नूं जिम्मेवारी सौंप दिओ जां कोई कमेटी इन्हां दी गठित करके तां कि श्रोमणी अकाली दल श्रोमणी गुरुद्वारा प्रबंधक कमेटी ऑल इंडिया सिख स्टूडेंट्स फैडरेशन आउण वाले समें दे विच जो केंद्र दीआं फिरकू नीतियां ने और जो साडे विच एक इस तरह की निराशता पैदा करने की कोशिश की जा रही है कि शायद ये जथेबंदियां मास मूवमेंट तो टुट चुकी ने अज भी खेतरी पार्टी श्रोमणी अकाली दल के नाल जो समुचा पंथ है देश दुनिया के विच श्रोमणी गुरुद्वारा प्रबंधक कमेटी वाल देखता सो ये जथेबंदियां की मजबूती लई ऑल इंडिया सिख स्टूडेंट्स फैडरेशन का मजबूत होना बड़ा ही जरूरी है। इनिया ही बेनतियां ने प्रेस का सारे का बहुत बहुत धन्यवाद। वाहिगुरु जी का खालसा बोले सौ निहाल। बहुत विशाल कट कर जा रहे हो जे असीं देखिए तां पंजाब सरकार जदों कोई कट करदा जां किसे ते तरीके नाल अपना सरकार ते गुस्सा करदा तां उहनूं रोकिया जांदा नज़रबंद कीता जांदा है कि किस तरह उस चीज़ नूं देखोगे उहदा। देखो डेमोक्रेटिक नॉर्म दे नाल जिहड़ा सारा सिस्टम शुरू होया आ जे फिर भी कोई उहदे विच वादा बणदा तां मैं समझदा दोषी असीं नहीं गे असीं तां डेमोक्रेटिक नॉर्म दे नाल हर इक दा अधिकार आ उह अधिकार असीं अपना वरतन जा रहे हां उहदे मुताबिक करो जे कोई बंदा नहीं सानू इंसाफ मिलता तो फिर रोसे करूगा तो रोस करन जा रहे हैं। ਤੁਸੀਂ ਦਿੱਲੀ ਜਾਣਾ ਹੈ ਕੇਂਦਰ ਵੱਲੋਂ ਜੇ ਤੁਹਾਨੂੰ ਰੋਕਿਆ ਗਿਆ ਕਿਉਂਕਿ ਕਾਫੀ ਚਲੋ ਇਹ ਆਪਾਂ ਹਲੇ ਅਟਕਲਾਂ ਨਾ ਲਾਈਏ ਹਲੇ ਸਮਾਂ ਆਉਂਦਾ ਤਾਂ ਆਊਗਾ ਆਪਾਂ ਪਹਿਲਾਂ ਸ਼ੁਭ ਸ਼ੁਭ ਬੋਲੀਏ ਮਾੜੀ ਗੱਲ ਨਾ ਕਰੇ ਪਰ ਹੁਣ ਸ਼ਾਸ਼ਨ ਆ ਉਹਨੇ ਤੇ ਚਲੋ ਜੇ ਰੋਕਣਗੇ ਫਿਰ ਦੇਖਾਂਗੇ ਫਿਰ ਮੈਨੂੰ ਆਸ ਨਹੀਂ ਕਿਉਂਕਿ ਅਸੀਂ ਕੋਈ ਉੱਥੇ ਕੋਈ ਲੰਬਾ ਧਰਨਾ ਨਹੀਂ ਲਾਉਣ ਜਾਣਾ ਅਸੀਂ ਸਿਰਫ 12 ਤੋਂ ਲੈ ਕੇ 12 ਵਜੇ ਪ੍ਰਵਾਲ ਸਰ ਆਪਣੇ ਰਕਾਬਗੰਜ ਗੁਰਦੁਆਰੇ ਤੋਂ ਪ੍ਰੈਜ਼ੀਡੈਂਟ ਨੂੰ ਉਹ ਸਿਗਨੇਚਰ ਜਿਹੜੇ 26 ਲੱਖ ਆ ਉਹ ਸੌਂਪਣ ਜਾਣਾ ਸੋ ਇਸ ਕਰਕੇ ਰੋਕਣ ਦਾ ਤਾਂ ਜਾਂ ਫਿਰ ਉਹਦਾ ਕੋਈ ਉੱਠਦਾ ਨਹੀਂ ਪਏ ਅਸੀਂ ਉੱਥੇ ਧਰਨਾ ਵੱਡਾ ਲਾਉਣ ਜਾ ਰਹੇ ਹਾਂ।